ਬਈ ਆਪਣਾ ਬੱਕਰਾ ਯਾਰ ਨਾ ਮਰ ਗਿਆ, ਮਾਲੀ ਕੋਲੇ ਰੱਖਿਆ ਸੀਗਾ, ਮੈਣੀ ਘਾਹ ਜਾਂ ਜ਼ਿਆਦਾ ਖਾ ਗਿਆ, 2-3 ਘੰਟੇ ਹੋ ਗਏ। ਅੱਛਾ, ਤੇ ਜੇ ਤਾਂ ਤੁਹਾਡੇ ਕੰਮ ਆ ਤਾਂ ਯਾਰ ਲੈ ਜਾਓ, ਜਿਹੜਾ ਚੱਲ ਬਣਿਆ ਤੁਸੀਂ ਦੇ ਦਿਓ। ਠੀਕ ਹੈ ਵੀਰੇ, ਕਿੱਡਾ ਕੁ ਆ? 10 ਕਿਲੋ ਦਾ ਹੈਗਾ ਗਾ। ਇਹ ਬੱਕਰਾ ਚੱਕਦੇ ਆ ਗੱਟੇ 'ਚ ਪਾਇਆ ਜੀ, ਨੇੜੇ ਹੋ ਕੇ ਦਿਖਾ ਦਿਓ ਕੈਮਰਾਮੈਨ ਸਾਹਿਬ। ਆਹ ਦੇਖੋ, ਇਹਦੇ 'ਚ ਪਾਇਆ, 600 ਰੁਪਇਆ ਦਿੱਤਾ ਅਤੇ ਬੱਕਰਾ ਚੱਕ ਲਿਆ। ਫਿਰ ਕਿਉਂ ਚੱਕਿਆ? ਕਿ ਮਰਿਆ ਵੀ ਖਵਾ ਦਿੰਦੇ ਹੋ? ਨਹੀਂ ਖਵਾਉਂਦੇ, ਤਾਂ ਹੈ ਨਹੀਂ, ਗਾਂ ਕਰਦੇ ਹੋ? ਗਾਂ ਭੇਜ ਦਿੰਦੇ ਜੀ। ਗਾਂ ਵਾਲੇ ਕੀ ਕਰਦੇ ਆ? ਗਾਂ ਉਹ ਖਵਾ ਪੈਲਸ ਪੂਲ 'ਚ ਜਿਵੇਂ ਹੁੰਦੇ ਆ, ਪੈਲਸ ਵਾਲੇ ਦਾ ਸਸਤਾ ਮਤਲਬ ਮਾਲ ਉਹ ਚੱਕਦੇ ਆ ਸਾਡੇ ਤੋਂ। ਹਾਂ, ਉਹ ਮਤਲਬ ਸਸਤੇ ਦਿਲ ਖਰੀਦ ਕੇ ਲੈ ਜਾਂਦੇ ਆ ਅਤੇ ਗਾਂ ਉਹ ਖਵਾ। ਇਹ ਮੈਂ ਤੁਹਾਨੂੰ ਵੜਦਿਆਂ ਦੀ ਵੀਡੀਓ ਦੇ ਦਿਆਂ, ਮਰੇ ਵੇ ਤੁਸੀਂ ਚੱਕਦਿਆਂ ਦੀ, ਦਰਸ਼ਕਾਂ ਨੂੰ ਕਹੋਗੇ ਇਹ ਗੱਲ ਵੀ ਅਸੀਂ ਗਲਤ ਹੈ, ਤੁਸੀਂ ਵੀ ਖਵਾਉਂਦੇ ਹੋ? ਨਹੀਂ ਜੀ। ਹੋਰ ਕਿਹੜੇ ਕਿਹੜੇ ਖਵਾਉਂਦੇ? ਹੋਟਲ ਹੈ? ਹਾਂਜੀ ਵੀਰੇ, ਹੋਟਲਾਂ 'ਚ ਵੀ ਜਾਂਦਾ? ਜਾਂਦਾ ਵੀਰੇ, 100% 5-star ਵੱਡੇ ਹੋਟਲ ਹੈ ਜਿਹੜੇ ਸਾਰੇ ਬਈ, 100% ਜਾਂਦਾ ਹਰੇਕ। ਕੀ ਪਤਾ ਬਈ, ਆਪਾਂ ਪੁੱਛਿਆ ਬਾਈ ਤੋਂ ਪਹਿਲਾਂ ਵੀ, ਮੈਂ ਸਪਰੇ ਵਾਲੇ ਪੱਠੇ ਤਾਂ ਨਹੀਂ ਖਾਦੇ। ਸਾਨੂੰ ਪੁੱਛਿਆ ਵੀ ਸਪਰੇ ਵਾਲੇ ਪੱਠੇ ਤਾਂ ਨਹੀਂ ਖਾਦੇ? ਹਾਂਜੀ, ਬਾਈ ਨੇ ਕਹਿਣਾ ਮੈਂ ਤਾਂ ਆਪਦਾ ਵੇਚਣਾ, ਮੈਂ ਤਾਂ ਕੋਈ ਜਮਾ ਨਹੀਂ ਖਾਦਾ। ਕਿਉਂਕਿ ਉਹਦੇ ਨਾ ਮੰਡੀ ਜਿਹੜੇ ਹੋਰ ਝੜਕਈ ਹੈ ਉਹ ਨਹੀਂ ਕਰਦੇ, ਇਕੱਲਾ ਤੂੰ ਹੀ ਕਰਦੇ ਮਰੇ ਬੱਕਰਿਆਂ ਦਾ ਕੰਮ। ਬਠਿੰਡੇ ਦਾ ਕੋਈ ਇੱਕ ਬੰਦਾ ਜਿਹੜਾ ਤੈਥੋਂ ਗਾਂ ਲੈਂਦਾ ਆਣਾ ਬਠਿੰਡੇ, ਮਤਲਬ ਜਿੰਨੀਆਂ ਵੀ ਦੁਕਾਨਾਂ ਪਟਿਆਲਾ ਫਾਟਕ 'ਚ ਆਈ, ਉਹ ਸਾਰੇ ਆਹੀ ਕੰਮ ਕਰਦੇ ਜੀ, ਉੱਥੇ ਮਤਲਬ ਉਰੋਂ ਮਾਲ ਜਾਂਦੇ। ਹਾਂਜੀ, ਬਹੁਤ ਹੀ ਹੁੰਦਾ। ਕੱਲ ਦੋਸਤੋ, ਅੱਜ ਇੱਕ ਵੀਡੀਓ ਜ਼ਰੀਏ ਤੁਹਾਨੂੰ ਜਾਗਰੂਕ ਕਰਨ ਲੱਗਿਆ, ਅਤੇ ਬਹੁਤ ਵੱਡਾ ਘਪਲਾ ਜਿਹੜਾ ਮੀਟ ਖਾਣ ਦੇ ਸ਼ੌਕੀਨਾਂ ਨਾਲ ਹੁੰਦਾ। ਤੁਸੀਂ ਦੇਖਦੇ ਹੋ ਕਿ ਬੱਕਰੇ ਦਾ ਮੀਟ ਹੈ ਜਿਹੜਾ 450-450 ਰੁਪਏ ਕਿਲੋ ਮਿਲਦਾ। ਬੱਕਰੇ ਨੂੰ ਮਾਰ ਕੇ ਬੱਕਰੇ ਦਾ ਮੀਟ ਬਣਾਇਆ ਜਾਂਦਾ, ਨਾ ਕਿ ਮਰੇ ਜਾਨਵਰ ਦਾ ਮੀਟ ਬਣਾਉਣਾ, ਇਹ ਸੰਵਿਧਾਨ ਦੇ ਉਲਟ ਹੈ, ਫੂਡ ਐਕਟ ਦੀ ਉਲੰਘਣਾ ਕਰਦਾ। ਕਿਉਂਕਿ ਮਰਿਆ ਉਹ ਕਿਸੇ ਵੀ ਚੀਜ਼ ਨਾਲ ਹੋ ਸਕਦਾ, ਉਹ ਦਵਾਈ ਖਾ ਕੇ ਜ਼ਹਿਰ ਖਾ ਕੇ ਮਰਿਆ ਹੋ ਸਕਦਾ, ਕਿਸੇ ਬਿਮਾਰੀ ਨਾਲ ਮਰਿਆ ਹੋ ਸਕਦਾ। ਪਰ ਜਦੋਂ ਤੁਸੀਂ ਮੀਟ ਲੈਣ ਜਾਂਦੇ ਹੋ, ਤੁਹਾਨੂੰ ਉਹ ਪੀਸ ਕੱਟ ਕੱਟ ਕੇ ਦੇ ਦਿੰਦੇ ਆ, ਬੱਕਰਾ ਉਹਨਾਂ ਦਾ ਪਹਿਲਾਂ ਹੀ ਟੰਗਿਆ ਹੋਇਆ ਹੁੰਦਾ। ਇਹਦੇ 'ਚ ਅਤਕਥਨੀ ਨਹੀਂ ਗੀ, ਮੈਂ ਸਾਰੇ ਇਸ ਭਾਈਚਾਰੇ ਨੂੰ ਨਹੀਂ ਕਹਿੰਦਾ ਜਿਹੜਾ ਕਸਾਈ ਭਾਈਚਾਰਾ ਜਾਂ ਝੜਕਈ ਕਹਿ ਦਿੰਦੇ ਆ, ਸਾਰੇ ਨਹੀਂ ਇਸ ਤਰ੍ਹਾਂ ਕਰਦੇ, ਪਰ ਮੋਸਟ ਆਫ ਦਾ ਪੀਪਲ ਇਸ ਤਰ੍ਹਾਂ ਕਰਦੇ ਆ ਕਿ ਉਹ ਭੇਡ ਦੇ ਲੇਲਿਆਂ ਦਾ ਮੀਟ ਵੀ ਖਵਾਇਆ ਜਾਂਦਾ, ਮਰੇ ਹੋਏ ਬੱਕਰੇ ਦਵਾਈਆਂ ਨਾਲ ਮਰੇ ਹੈ ਜਾਂ ਉਹ ਆਫਰ ਕੇ ਮਰੇ ਆ ਜਾਂ ਕਿਸੇ ਬਿਮਾਰੀ ਨਾਲ ਮਰੇ ਹੈ। ਹੁਣ ਜਿਹੜਾ ਕੋਈ ਬੱਕਰੀ ਪਾਲਣ ਦਾ ਧੰਦਾ ਕਰਦਾ ਉਹ ਮੇਰੀ ਗੱਲ ਸਮਝਦਾ ਹੋਊਗਾ, ਜਦੋਂ ਕਿਤੇ ਕੋਈ ਬੱਕਰਾ, ਕੋਈ ਮੇਮਣਾ, ਕੋਈ ਬੱਕਰੀ, ਕੋਈ ਲੇਲਾ ਮਰ ਜਾਂਦਾ ਤਾਂ ਉਹ ਝੜਕਾਈ ਨੂੰ ਫੋਨ ਕਰਦੇ ਕਿ ਭਾਈ ਸਾਡਾ ਬੱਕਰਾ ਜਿਹੜਾ 3-5 ਘੰਟੇ ਪਹਿਲਾਂ ਮਰ ਗਿਆ, ਕਿਉਂਕਿ ਉਹਨਾਂ ਨੇ ਵੀ ਅਕਸਰ ਵੇਚਣਾ ਹੁੰਦਾ। ਜੇ ਰਾਤ ਨੂੰ ਮਰਿਆ ਤੱਕਿਆ ਜਾਂਦਾ 3 ਘੰਟੇ ਹੋਏ ਆ ਮਰੇ ਨੂੰ, ਮਰਨ ਦਾ ਕਾਰਨ ਕੀ ਹੈ ਕੋਈ ਨਹੀਂ ਪੁੱਛਦਾ। ਉਦੋਂ ਬਾਅਦ ਉਹ ਝੜਕਈ ਹੈ ਜਿਹੜਾ ਉਹ ਤੁਹਾਡੇ ਤੋਂ ਬੱਕਰਾ ਲੈ ਜੂਗਾ 300-500 ਹਜ਼ਾਰ ਦੇ ਹਿਸਾਬ ਨਾਲ। ਹੁਣ ਜੇ 10 ਕਿਲੋ ਦਾ ਬੱਕਰਾ ਹੈ ਤਾਂ ਉਹ 5,000 ਦਾ ਹੋ ਗਿਆ, ਲੇਬਰ ਕੱਟ ਕੇ ਤੁਸੀਂ ਲਾਓਗੇ ਤਾਂ 4,000 ਦਾ ਰਹਿ ਗਿਆ। 4,000 ਦਾ ਮੀਟ ਵੇਚਣ ਦੇ ਲਾਲਚ 'ਚ ਕਿ ਸਾਨੂੰ ਮਹਿਜ 300-500 ਦਾ ਪਿਆ, ਅਤੇ ਉਹ ਮਰਿਆ ਜਾਨਵਰ ਹੈ ਜਿਹੜਾ ਤੁਹਾਨੂੰ ਖਵਾਉਂਦੇ ਆ। ਇਹ ਇਕੱਲਾ ਇੱਕ ਹਾਲ ਨਹੀਂ ਗਾ, ਅਸੀਂ ਗੁਨਿਆਣਾ ਮੰਡੀ ਦੀ ਗੱਲ ਕਰਾਂਗੇ, ਇਹ ਹਰੇਕ ਪੰਜਾਬ ਦੇ ਹਰੇਕ ਦੇਸ਼ ਦੇ ਸ਼ਹਿਰ ਦਾ ਹਾਲ ਹੈ। ਹੁਣ ਤੁਸੀਂ ਆਖੋਗੇ ਜੀ ਅਸੀਂ ਕੀ ਪਤਾ ਕਿੰਨੇ ਕੁ ਆਰੀ ਬੱਕਰਾ ਖਾਧਾ, ਤਾਂ ਜਨਾਬ ਕਿੰਨੇ ਕੁ ਵਾਰੀ ਤੁਸੀਂ ਮਰਿਆ, ਬਿਮਾਰੀਆਂ ਦਾ ਸ਼ਿਕਾਰ ਹੋਇਆ ਜਾਂ ਜ਼ਹਿਰ ਖਾਧਾ ਹੋਇਆ ਬੱਕਰਾ ਖਾਧਾ ਹੋਊਗਾ, ਭਾਵੇਂ ਤੁਹਾਨੂੰ ਕੋਈ ਅਸਰ ਹਜੇ ਤੱਕ ਨਾ ਹੋਇਆ ਹੋਵੇ, ਅਸੀਂ ਵੀ ਕਹਿੰਦੇ ਹਾਂ ਗੁਰੂ ਮਹਾਰਾਜ ਅਸਰ ਨਾ ਕਰੇ, ਕਿਸੇ ਨੂੰ ਕੋਈ ਮਾੜਾ ਦਿਨ ਨਾ ਆਵੇ, ਪਰ ਹੌਲੀ ਹੌਲੀ ਉਹ ਬਿਮਾਰੀ ਹੈ ਜਿਹੜਾ ਉਹ ਜ਼ਹਿਰ ਹੈ ਉਹ ਤੁਹਾਡੇ ਹੱਡਾਂ 'ਚ ਤਾਂ ਰਚੂਗਾ ਨਾ। ਹੁਣ ਕਈ ਗੱਲਾਂ ਕਰਨਗੇ ਜੀ ਬੱਕਰਾ ਮਾਰ ਕੇ ਹੀ ਬਣਾਇਆ ਜਾਂਦਾ, ਮਾਰ ਕੇ ਬਣਾਉਣ ਕਿਉਂਕਿ ਉਹ ਆਪਦਾ ਰੇਟ ਹੈ ਜਿਹੜਾ ਵਾਜਬ ਮੰਗਦੇ ਆ ਅਤੇ ਲੋਕ ਦਿੰਦੇ ਹੈ, ਪਰ ਮਰਿਆ ਉਹ ਬਿਮਾਰੀ ਨਾਲ ਹੋ ਸਕਦਾ, ਜਿਹੜਾ ਕੋਈ ਆਫਰ ਕੇ ਮਰਿਆ ਜਾਂ ਜਿਹੜਾ ਕੋਈ ਕਿਸੇ ਵੀ ਕਾਰਨ ਕਰਕੇ ਮਰਿਆ ਉਹ ਨਹੀਂ ਖਵਾਉਣਾ ਚਾਹੀਦਾ। ਇਹ ਤੁਹਾਡੇ ਜਾਗਰੂਕ ਕਰਨ ਲਈ ਹੈ ਇਹ ਵੀਡੀਓ। ਆਹ ਹੁਣ ਇੱਕ ਬੱਕਰਾ ਪਿਆ ਜੀ, ਅਸੀਂ ਕਈ ਦਿਨ ਮੁਸ਼ਕਤ ਤੋਂ ਬਾਅਦ ਇਹ ਬੱਕਰਾ ਪਾਲਿਆ, 10 ਕਿਲੋ ਦਾ ਬੱਕਰਾ ਮਰਿਆ ਹੋਇਆ, ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਓ, ਇਹ ਮਰਿਆ ਹੋਇਆ ਬੱਕਰਾ ਜੀ। ਹੁਣ ਅਸੀਂ ਚੱਲਦੀ ਵੀਡੀਓ 'ਚ ਜਿਹੜਾ ਹੈਗਾ ਫੋਨ ਲਾਵਾਂਗੇ ਇੱਕ ਝੜਕਈ ਨੂੰ, ਇੱਕ ਕਸਾਈ ਨੂੰ, ਜਿਹੜਾ ਇੱਥੋਂ ਬੱਕਰਾ ਲੈ ਕੇ ਜਾਊਗਾ। ਹੁਣ ਉਹ ਬੱਕਰਾ ਅੱਗੇ ਹੋਟਲਾਂ 'ਚ ਸਪਲਾਈ ਹੋਊਗਾ, ਇਹਦਾ ਮਾਸ ਅੱਗੇ ਹੋਟਲਾਂ 'ਚ ਸਪਲਾਈ ਹੋਊਗਾ, ਅੱਗੇ ਵੱਡੇ ਵੱਡੇ ਰੈਸਟੋਰੈਂਟ 'ਚ ਸਪਲਾਈ ਹੋਊਗਾ, ਤੁਸੀਂ ਬੜਾ ਚਾਹ ਕੇ ਖਾਓਗੇ, ਪਰ ਇਹ ਕਿਹੜੀ ਬਿਮਾਰੀ ਨਾਲ ਮਰਿਆ, ਇਹ ਕੀ ਕਾਰਨ ਸੀ ਇਹਦਾ ਮਰਨ ਦਾ, ਉਹ ਤੁਸੀਂ ਨਹੀਂ ਪੁੱਛਣਾ। ਤੁਸੀਂ ਮੀਟ ਨੂੰ ਲਜ਼ੀਜ਼ ਮੰਨ ਕੇ ਖਾਓਗੇ, ਪਰ ਤੁਹਾਡੇ ਨਾਲ ਧੋਖਾ ਹੋ ਰਿਹਾ ਜਨਾਬ। ਹੈਲੋ ਹੈਲੋ ਬਈ ਨੀਟਾ? ਹਾਂਜੀ ਵੀਰੇ, ਕੋਠੇ ਨੱਥਾ ਸਿੰਘ ਵਾਲਾ ਚੋਂ ਬੋਲਦੇ ਸੀਗੇ?
ਹਾਂਜੀ ਬਾਈ ਆਪਣਾ ਬੱਕਰਾ ਯਾਰ ਨਾ ਮਰ ਗਿਆ ਮਾਲੀ ਕੋਲੇ ਰੱਖਿਆ ਸੀਗਾ ਮੈਂ ਨਹੀਂ ਘਾਹ ਜਾਂ ਜ਼ਿਆਦਾ ਖਾ ਗਿਆ ਢਾਈ ਤਿੰਨ ਘੰਟੇ ਹੋ ਗਏ ਅੱਛਾ ਤੇ ਜੇ ਤਾਂ ਤੁਹਾਡੇ ਕੰਮ ਆ ਤਾਂ ਯਾਰ ਲੈ ਜਾਓ ਜਿਹੜਾ ਚੱਲ ਬਣਿਆ ਤੁਸੀਂ ਦੇ ਦਿਓ ਠੀਕ ਹੈ ਵੀਰੇ ਕਿੱਡਾ ਕੁ ਆ 10 ਕੁ ਕਿਲੋ ਦਾ ਹੈਗਾ ਗਾ ਕਿਹੜੇ ਪਾਸੇ ਘਰ ਆ ਕੋਠੇ ਨੱਥਾ ਸਿੰਘ ਵਾਲਿਆਂ ਨੂੰ ਜਾਂਦੇ ਮਲਸਪੁਰ ਵਾਲੇ ਕੋਠੇ ਟੱਪੋਗੇ ਨਾ ਦੋਸਤੋ ਤੁਸੀਂ ਦੇਖਿਆ ਸੀ ਇੱਕ ਵੀਡੀਓ ਦੌਰਾਨ ਫੋਨ ਲਾਇਆ ਗਿਆ ਕਿ ਭਾਈ ਸਾਡਾ ਬੱਕਰਾ ਜਿਹੜਾ ਉਹ ਮਰ ਗਿਆ ਤੇ ਵੀਡੀਓ ਬਣਾਉਣ ਤੋਂ ਸਹੀ 15 ਮਿੰਟ ਬਾਅਦ ਇਹ ਭਾਈ ਸਾਹਿਬ ਆਉਂਦੇ ਆ ਇਹ ਬੱਕਰਾ ਚੱਕਦੇ ਆ ਗੱਟੇ 'ਚ ਪਾਇਆ ਜੀ ਨੇੜੇ ਹੋ ਕੇ ਦਿਖਾ ਦਿਓ ਕੈਮਰਾਮੈਨ ਸਾਹਿਬ ਆਹ ਦੇਖੋ ਇਹਦੇ 'ਚ ਪਾਇਆ 600 ਰੁਪਇਆ ਦਿੱਤਾ ਅਤੇ ਬੱਕਰਾ ਚੱਕ ਲਿਆ ਹੁਣ ਇਹਨਾਂ ਨੂੰ ਅਸੀਂ ਘੇਰਿਆ ਇਹਨਾਂ ਤੋਂ ਪੁੱਛਦੇ ਹਾਂ ਕੀ ਨਾਮ ਹੈ ਕਦੋਂ ਦਾ ਧੰਦਾ ਕਰਦੇ ਆ ਹੋਰ ਕਿਹੜੇ ਕਿਹੜੇ ਇਨਵੋਲਵ ਹੈ ਕਿਉਂਕਿ ਬਿਮਾਰੀਆਂ ਨੂੰ ਸੱਦਾ ਦਿੰਦੇ ਆ ਇਹ ਲੋਕ ਕੀ ਨਾਮ ਹੈ ਬਾਈ ਜੀ ਬਾਈ ਜੀ ਨੀਟੂ ਨੀਟੂ ਇੱਧਰ ਦੇਖ ਕੇ ਗੱਲ ਕਰੋ ਹਾਂਜੀ ਬਾਈ ਅੱਛਾ ਤੁਹਾਨੂੰ ਪਤਾ ਸੀ ਵੀ ਇਹ ਬੱਕਰਾ ਮਰਿਆ ਵਿਆ ਹਾਂਜੀ ਫਿਰ ਕਿਉਂ ਚੱਕਿਆ ਹਾਂਜੀ ਫਿਰ ਕਿਉਂ ਚੱਕਿਆ ਕਿ ਮਰਿਆ ਵੀ ਖਵਾ ਦਿੰਦੇ ਹੋ ਨਹੀਂ ਖਵਾਉਂਦੇ ਤਾਂ ਹੈ ਗਾਂ ਭੇਜ ਦਿੰਦੇ ਜੀ ਗਾਂ ਵਾਲੇ ਕੀ ਕਰਦੇ ਆ ਗਾਂ ਉਹ ਖਵਾ ਪੈਲਸ ਪੂਲ ਚ ਜਿਵੇਂ ਹੁੰਦੇ ਆ ਪੈਲਸ ਵਾਲੇ ਦਾ ਸਸਤਾ ਮਤਲਬ ਮਾਲ ਉਹ ਚੱਕਦੇ ਆ ਸਾਡੇ ਤੋਂ ਹਾਂ ਉਹ ਮਤਲਬ ਸਸਤੇ ਦਿਲ ਖਰੀਦ ਕੇ ਲੈ ਜਾਂਦੇ ਆ ਤੇ ਗਾਂ ਉਹ ਖਵਾਉਂਦੇ ਜੀ ਲੋਕਾਂ ਨੂੰ ਤੁਸੀਂ ਕਦੇ ਵੀ ਅੱਜ ਤੱਕ ਮਰਿਆ ਨਹੀਂ ਖਵਾਇਆ ਹਾਂਜੀ ਨਹੀਂ ਆਪ ਨੂੰ ਨਹੀਂ ਖਵਾਇਆ ਜੀ ਆਪ ਮਤਲਬ ਆਪਦੀ ਦੁਕਾਨ ਤੇ ਆਪਾਂ ਕਦੇ ਵੀ ਨਹੀਂ ਵੱਢਿਆ ਜੀ ਜੇ ਮੈਂ ਤੁਹਾਨੂੰ ਵੱਢਦਿਆਂ ਦੀ ਵੀਡੀਓ ਦੇ ਦਿਆਂ ਮਰੇ ਵੇ ਤੁਸੀਂ ਚੱਕਦਿਆਂ ਦੀ ਦਰਸ਼ਕਾਂ ਨੂੰ ਕਹੋਗੇ ਇਹ ਗੱਲ ਵੀ ਅਸੀਂ ਗਲਤ ਹੈ ਤੁਸੀਂ ਵੀ ਖਵਾਉਂਦੇ ਹੋ ਨਹੀਂ ਜੀ ਹੋਰ ਕਿਹੜੇ ਕਿਹੜੇ ਖਵਾਉਂਦੇ ਆ ਉਹ ਦੱਸੋ ਹੁਣ ਮੈਂ ਇਹ ਜਿੰਨੀਆਂ ਦੁਕਾਨਾਂ ਟੋਟਲ ਸਾਰੇ ਆ ਕੰਮ ਕਰਦੇ ਜੀ ਆਪਣੀ ਮੰਡੀ ਸਾਰੇ ਆਪਣੀ ਮੰਡੀ 'ਚ ਮਰਿਆ ਮੀਟ ਹੈ ਜਿਹੜਾ ਖਵਾ ਦਿੰਦੇ ਆ ਮਤਲਬ ਚੱਕਦੇ ਆ ਖਵਾਉਣ ਦੀ ਜਿੱਥੇ ਮਰਜ਼ੀ ਲੈ ਕੇ ਜਾਣਾ ਆ ਨਹੀਂ ਪਤਾ ਮਤਲਬ ਇਹਨਾਂ ਦਾ ਕਰਦੇ ਤਾਂ ਖਵਾਉਂਦੇ ਹੀ ਹੋ ਇਹਨਾਂ ਹਾਂ ਮਤਲਬ ਗਾਂ ਖਾਣ ਨੂੰ ਹੀ ਜਾਂਦਾ ਜੀ ਕੀ ਰੇਟ ਹੈ ਬੱਕਰੇ ਦਾ ਰੇਟ ਨੋਰਮਲ ਤਾਂ ਮਤਲਬ ਸਹੀ ਦਾ ਰੇਟ 500 ਆ 480 ਹੈ ਜੀ ਅੱਛਾ ਜੇ ਤੁਸੀਂ ਇਹ ਵੱਢਦੇ ਹਾਂਜੀ ਇਹ ਤੁਸੀਂ ਕਿੰਨੇ ਦਾ ਦੇਣਾ ਸੀ ਗਾਂ ਅੱਜ ਤੋਂ ਵੱਧ 1500-2000 ਤੱਕ ਨਹੀਂ ਯਾਰ ਜਿਨ੍ਹਾਂ ਨੇ ਵੱਢ ਕੇ ਇਹਦਾ ਮੀਟ ਬਣਾ ਕੇ ਵੇਚਣਾ ਸੀ ਉਹ ਗਾਂ ਮਤਲਬ ਸਾਢੇ ਤਿੰਨ ਸੌ ਰੁਪਏ ਨੂੰ ਕਿਲੋ ਜਾਂਦਾ ਉਹਨਾਂ ਨੂੰ 1500 ਦਾ ਕੋਈ ਉਹਨਾਂ ਨੂੰ ਪ੍ਰੋਫਿਟ ਹੋ ਜਾਂਦਾ ਅੱਛਾ ਹਾਂਜੀ ਇਹ ਹੁਣ ਤੁਸੀਂ 600 ਦਾ ਲੈ ਕੇ ਗਾਂ 1500 ਦਾ
5 ਸਟਾਰ ਵੱਡੇ ਹੋਟਲ ਹੈ ਜਿਹੜੇ ਸਾਰੇ ਬਈ 100% ਜਾਂਦਾ ਹਰੇਕ ਪਾਸੇ ਅੱਛਾ ਤੁਸੀਂ ਇਹਦਾ ਕੰਮ ਕਰਦੇ ਹੋ ਹਾਂਜੀ ਬਈ ਮਰੇ 'ਚ ਤੇ ਜਿਉਂਦੇ 'ਚ ਫਰਕ ਹੁੰਦਾ ਜਿਹੜਾ ਮਰਿਆ ਵਿਆ ਉਹਦੇ ਨਾਲ ਬਿਮਾਰੀਆਂ ਲੱਗ ਸਕਦੀਆਂ ਜੇ ਬਈ ਯਾਰ ਐਵੇਂ ਆ ਬਿਮਾਰ ਫੋਨ ਕੱਟ ਲਓ ਨਹੀਂ ਫੋਨ ਕੱਟਤਾ ਬਈ ਬਿਮਾਰੀਆਂ ਦਾ ਚਾਂਸ ਤਾਂ ਹੁੰਦੇ ਆ ਬਈ ਲੱਗਣ ਦੇ ਹੁਣ ਆਪਾਂ ਤਾਂ ਕੀ ਪਤਾ ਕੀ ਚੀਜ਼ ਨਾਲ ਮਰਿਆ ਕਿ ਕਿਵੇਂ ਮਰਿਆ ਤੁਸੀਂ ਇਹ ਤੋਂ ਪੁੱਛਿਆ ਵੀ ਕਾਹਦੇ ਨਾਲ ਮਰਿਆ ਹਾਂਜੀ ਪੁੱਛਿਆ ਕਿਵੇਂ ਮਰਿਆ ਇਹ ਬਾਈ ਕੋਲੇ ਹਾਏ ਪੁੱਛਿਆ ਤਾਂ ਨਹੀਂ ਸੀਗਾ ਜੀ ਹੁਣ ਕੀ ਪਤਾ ਬਾਈ ਆਪਾਂ ਪੁੱਛਿਆ ਬਾਈ ਤੋਂ ਪਹਿਲਾਂ ਵੀ ਮੈਂ ਸਪਰੇਅ ਵਾਲੇ ਪੱਠੇ ਤਾਂ ਨਹੀਂ ਖਾਦੇ ਸਾਨੂੰ ਪੁੱਛਿਆ ਵੀ ਸਪਰੇਅ ਵਾਲੇ ਪੱਠੇ ਤਾਂ ਨਹੀਂ ਖਾਦੇ ਹਾਂਜੀ ਬਾਈ ਨੇ ਕਹਿਣਾ ਮੈਂ ਤਾਂ ਆਪਦਾ ਵੇਚਣਾ ਮੈਂ ਤਾਂ ਕੋਈ ਜਮਾ ਨਹੀਂ ਖਾਦੇ ਸਹੀ ਗੱਲ ਹੈ ਬਾਈ ਜਿਹੜੇ ਲੋਕ ਉਹਨਾਂ ਹੋਟਲਾਂ ਤੋਂ ਖਾਂਦੇ ਆ ਹਾਂਜੀ ਉਹਨਾਂ ਨੂੰ ਪਤਾ ਲੱਗੇ ਮਤਲਬ ਆਪਣੇ ਹੋਟਲਾਂ 'ਚ ਮੀਟ ਜਾਂਦਾ ਪਰ ਸਹੀ ਜਾਂਦਾ ਜੀ ਉਹ ਤਾਂ ਨੋਰਮਲ ਕਿਉਂਕਿ ਡੇਲੀ ਦੇ ਕਸਟਮਰ ਲੱਗੇ ਹੋਏ ਆ ਅੱਛਾ ਬਿਲਕੁਲ ਹਾਂਜੀ ਜਿਵੇਂ ਹੈਗੇ ਆ ਬਾਈਪਾਸ ਤੇ 2 ਹੋਟਲ ਹੈਗੇ ਟੋਨੂ ਦਾ ਹੈਗਾ ਇੱਕ ਹੋਰ ਹੈਗਾ ਜੀ ਉਹ ਹਾਂਜੀ ਉਹਨਾਂ ਦਾ ਜਮਾ ਫਰੈਸ਼ ਮਾਰ ਦਿੰਦੇ ਜੀ ਕਿਉਂਕਿ ਲੁਧਿਆਣਾ ਮੰਡੀ ਜਿਹੜੇ ਹੋਰ ਝਿੜਕਈ ਹੈ ਉਹ ਨਹੀਂ ਕਰਦੇ ਇਕੱਲਾ ਤੂੰ ਹੀ ਕਰਦੇ ਮਰੇ ਬੱਕਰਿਆਂ ਦਾ ਨਹੀਂ ਬਈ ਹਰੇਕ ਹੀ ਕਰਦਾ ਬਈਆ ਅੱਛਾ ਤੇ ਉਹ ਵੱਢ ਕੇ ਉਹਨਾਂ ਹੋਟਲਾਂ 'ਚ ਜਾਂਦੇ ਆ ਹਾਂਜੀ ਗਾਂ ਜਾਂਦੇ ਜੀ ਇਹ ਜਿਹੜੇ ਗੋਨਿਆਣਾ ਮੰਡੀ ਹੈ ਹਾਂਜੀ ਬਾਈ ਤੂੰ ਇਹ ਗੱਲ ਸਾਨੂੰ ਕਲੀਅਰ ਕਰ ਹਾਂਜੀ ਬਾਈ ਵੀ ਗੋਨਿਆਣਾ ਮੰਡੀ ਜਿੰਨੇ ਹੋਟਲ ਹੈ ਜਾਂ ਹੱਤੇ ਹੈ ਉਹਨਾਂ ਤੇ ਕਦੇ ਮਰੇ ਬੱਕਰੇ ਦਾ ਮਾਸ ਨਹੀਂ ਗਿਆ ਹੁਣ ਗਿਆ ਹੋਣਾ ਬਾਈ ਬਹੁਤ ਵਾਰੀ ਗਿਆ ਹੋਣਾ ਤੇ ਉਹ ਲੋਕਾਂ ਵੀ ਖਾ ਗਏ ਯਾਰ
ਹੁਣ ਕੀ ਕਹਿ ਸਕਦੇ ਵੀ ਖਾ ਹੀ ਗਿਆ। ਦੁੱਖ ਨਹੀਂ ਆਉਂਦਾ ਇਸ ਗੱਲ 'ਤੇ ਵੀ ਅੱਜ ਮੈਂ ਫੜਿਆ ਗਿਆ? ਦੁੱਖ ਤਾਂ ਸ਼ਾਇਦ ਆਉਂਦਾ ਜੀ, ਪਰ ਕਰੀ ਹੈਗੀ ਜੀ, ਮਜ਼ਬੂਰੀ ਹੈ, ਕਰਨਾ ਪੈਂਦਾ ਯਾਰ। ਜਦੋਂ ਤੁਸੀਂ ਕਿਸੇ ਤੋਂ ਸੌਦਾ ਕਰਦੇ ਹੋ, ਹਾਂਜੀ ਵੀਰੇ, ਹੁਣ ਉਦੋਂ ਸੌਦੇ 'ਚ ਵੀ ਮਾਰਜਨ ਰੱਖ ਕੇ ਬਣਾਉਂਦੇ ਹੋ ਨਾ। ਜੇ 5,000 ਦਾ ਤੁਸੀਂ ਕਰ ਲਿਆ ਕਿਸੇ ਨਾਲ ਤਾਂ ਤੁਹਾਡਾ 7 ਦਾ ਵਿਕ ਜਾਂਦਾ, ਤਾਂ 2,000 ਮਾਰਜਨ ਹੋ ਗਿਆ ਯਾਰ। ਜਾਨਾਂ ਨਾਲ ਖਿਲਵਾੜ ਕਰਨਾ ਕਿੱਥੋਂ ਤੱਕ ਸਹੀ ਹੈ? ਸਹੀ ਤਾਂ ਹੈ ਨਹੀਂ ਜੀ ਸਰ, ਬਿਲਕੁਲ ਵੀ। ਫਿਰ ਯਾਰ ਇਹ ਕੰਮ ਕਿਉਂ? ਅੱਛਾ, ਹਾਂਜੀ ਵੀਰੇ, ਸਾਡਾ ਮਕਸਦ ਤੈਨੂੰ ਇਕੱਲੇ ਨੂੰ ਫਸਾਉਣਾ ਨਹੀਂ, ਤੂੰ ਗਰੀਬ ਬੰਦਾ ਹੈ। ਹਾਂਜੀ, ਸਾਡਾ ਮਕਸਦ ਹੈ ਜਿਹੜੇ ਹੋਟਲ ਖਵਾਉਂਦੇ ਹੈ, ਜਿਹੜੇ ਢਾਬੇ ਖਵਾਉਂਦੇ ਆ, ਜਿਹੜੇ ਹੱਥੇ ਖਵਾਉਂਦੇ ਆ, 1,000 ਰੁਪਏ ਦੀ ਇਨਕਮ ਕਰਦੇ ਆ, ਉਹ ਵੀ ਮਰਿਆ ਮਾਸ ਖਵਾਈ ਜਾਂਦੇ ਆ, ਖਵਾਉਂਦੇ ਆ ਜੀ। ਇੱਕ ਮੈਨੂੰ ਹੋਰ ਦੱਸਿਓ, ਹਾਂਜੀ ਵੀਰੇ, ਜੇ ਕੋਈ ਢਾਬੇ ਵਾਲੇ ਜਾਂ ਹੱਥੇ ਵਾਲੇ ਨੂੰ ਤੁਸੀਂ ਕਹਿ ਦਿੰਦੇ ਹੋ, ਗੁਨਿਆਣਾ ਮੰਡੀ ਦੀ ਗੱਲ ਹੀ ਲੈ ਲਈਏ, ਹਾਂਜੀ ਵੀਰੇ, ਵੀ ਬਾਈ ਮਰਿਆ ਵਿਆ ਇਹ ਭੇਜ ਦਈਏ, ਕਹਿ ਦਿੰਦੇ ਆ ਵੀ ਭੇਜ ਦਿਓ? ਕਹਿ ਦਿੰਦੇ ਜੀ ਕੋਈ। ਕਿਹੜੇ ਕਿਹੜੇ ਉਹ ਜਾਂ ਕਿਹੜਾ ਉਹਦਾ ਨਾਮ? ਨਾਂ ਤਾਂ ਆਪਾਂ ਨੂੰ, ਮੇਰੀ ਗੱਲ ਸੁਣ, ਮੇਰੀ ਸੁਣ ਲਾ, ਜੇ ਤੂੰ ਕਿਸੇ ਦੀ ਬਚਤ ਕਰੇਗਾ। ਨਹੀਂ ਮੇਰੀ ਗੱਲ ਸੁਣ, ਆਪਾਂ ਨੂੰ ਬਾਲਾ ਆਪਾਂ ਤਾਂ ਪਤਾ ਨਹੀਂ ਹੋਟਲਾਂ ਬਾਰੇ, ਆਪਣਾ ਤਾਂ ਨੋਰਮਲੀ ਜਾਂਦਾ ਗੋਨਿਆਣਾ ਮੰਡੀ, ਬਾਹਰ ਤਾਂ ਆਪਣਾ ਜਾਂਦਾ ਨਹੀਂ ਜੀ। ਗੋਨਿਆਣਾ ਮੰਡੀ ਹੱਥਿਆਂ ਹੁੱਤਿਆਂ 'ਚ ਜਾਂਦਾ? ਹਾਂ ਬਸ, ਆਪਣਾ ਨੋਰਮਲ ਨੂੰ ਜਦੋਂ ਤੁਸੀਂ ਕਹਿੰਦੇ ਹੋ, ਹਾਂਜੀ ਬਾਈ ਵੀ ਸਾਡੇ ਕੋਲੇ ਮਰਿਆ ਪਿਆ ਨਗ, ਹਾਂਜੀ ਇਹਦਾ ਬਣਾ ਦੇ, ਕਹਿ ਦਿੰਦੇ ਬਣਾ ਦੇ? ਨਹੀਂ ਫਿਰ ਸਾਡਾ ਮੰਡੀ ਆ ਦਿੰਦੇ ਹੀ ਨਹੀਂ, ਮਤਲਬ ਇਹ ਤਾਂ ਦੁਕਾਨ 'ਤੇ ਆਪਾਂ ਜਵਾਬ ਦੇ ਦਿੰਦੇ ਬਈ ਹੈ ਹੀ ਨਹੀਂ ਆਪਣੇ ਕੋਲੇ। ਦੇ ਹੋਟਲਾਂ 'ਚ ਸਾਰਿਆਂ 'ਚ ਜਾਂਦਾ? ਬਠਿੰਡੇ ਵਾਲੇ ਜਾਂਦਾ ਜੀ, ਜਾਂਦਾ ਗੋਨਿਆਣੇ ਵੀ ਹੈ? ਗੋਨਿਆਣੇ ਵੀ ਜਾਂਦਾ ਹੋਊਗਾ ਜੀ, ਗੁਆਨਾ ਨਾਲੇ ਤਾਂ ਵੈਸੇ ਘੱਟ ਹੈ, ਬਠਿੰਡੇ ਬਹੁਤ ਜਾਂਦਾ ਜੀ। ਅੱਜ ਕਿੰਨਵੀਂ ਵਾਰੀ ਚੱਕ ਰਿਹਾ ਮਰਿਆ ਬਕ? ਮੇਰੇ ਹਿਸਾਬ ਨਾਲ ਜੀ ਆ ਸਹੀ ਦੱਸੀ, ਮੇਰੇ ਦੂਜੀ ਵਾਰੀ ਹੈ ਜੀ ਮੇਰੇ ਕੋਲ ਰਿਕਾਰਡ, ਬਸ ਦੂਜੀ ਵਾਰ ਹੋਊਗਾ ਇੰਦਰ ਨੂੰ ਬਾਅਦ ਵਾਰੀ ਹੈ। ਨਹੀਂ ਬਾਈ ਯਾਰ, ਮੈਨੂੰ ਪਤਾ ਜਿਹੜਾ ਪਹਿਲਾਂ ਚੱਕਿਆ ਸੀ ਉਹਦਾ ਕੀ ਕੀਤਾ? ਹਾਂਜੀ ਉਹ ਵੀ ਬਸ ਗਾਂ ਉਹਦਾ ਚੁਕਵਾਤਾ ਸੀਗਾ। ਬਠਿੰਡੇ ਦਾ ਕੋਈ ਇੱਕ ਬੰਦਾ ਜਿਹੜਾ ਤੈਥੋਂ ਗਾਂ ਲੈਂਦਾ? ਨਾਮ ਚਾਚਾ ਕੀ ਨਾਂ ਸੀ ਯਾਰ ਉਦੋਂ ਆਇਆ ਤਾਂ ਸੀਗਾ, ਹੋਰ ਨਾ ਫਸੇਗਾ? ਨਹੀਂ ਨਾ ਤਾਂ ਨੰਬਰ ਕੱਢ ਕੇ ਉਹਦਾ ਬੋਲ ਇਹਦੇ 'ਚ। ਨਹੀਂ ਜੀ ਫੋਨ ਨੰਬਰ ਤਾਂ ਆਪਣੇ ਕੋਲ ਹੈ ਹੀ ਨਹੀਂ। ਹਾਂਜੀ ਫਿਰ ਵੀ ਕਰੀ ਜਾਂਦੇ? ਫਿਰ ਕਰਨਾ ਪੈਂਦਾ, ਮਜਬੂਰੀ ਹੈ, ਕਹੀ ਦੇਣਾ ਬਾਲੋ, ਤੁਹਾਨੂੰ ਪਤਾ ਕੰਮ ਕਰ ਤਾਂ ਹੈ ਨਹੀਂ ਜੀ। ਕੰਮ ਕਰ ਯਾਰ, ਜੇ ਤੁਸੀਂ 4,000 ਦਾ ਬੱਕਰਾ ਲੈਂਦੇ ਹੋ, 6 ਦਾ ਵਿਕਦਾ ਤਾਂ 2,000 ਮੁਨਾਫਾ ਹੋ ਗਿਆ ਤੁਹਾਨੂੰ। ਅੱਛਾ ਜਿਹੜਾ ਤੁਹਾਨੂੰ ਲੈਣ ਆਉਂਦਾ, ਹਾਂਜੀ ਲੈਣ ਆਉਂਦਾ, ਫਰਜ਼ ਕਰੋ ਮੈਂ ਆਉਂਦਾ, ਹਾਂਜੀ ਮੈਂ ਤੁਹਾਨੂੰ ਕਹਿਤਾ ਵੀ ਬਾਈ ਮੈਨੂੰ ਕਿਲੋ ਬੱਕਰਾ ਦੇ ਦਿਓ, ਹਾਂਜੀ ਬਾਈ ਹਮਣਾ ਹਨਾ, ਤੁਸੀਂ ਕੱਟ ਕੇ ਕਿਲੋ ਦੇ ਦਿੰਦੇ ਹੋ, ਜੇ ਉਹਦਾ 400 ਰੇਟ ਹੈ, ਤੁਸੀਂ 350 ਤਾਂ ਨਹੀਂ ਲੈਂਦੇ ਨਾ? ਨਾ ਨਾ ਨਾ, ਤੁਸੀਂ 380 ਵੀ ਨਹੀਂ ਲੈਂਦੇ? ਨਹੀਂ ਲੈਂਦੇ, ਪੂਰਾ ਹੀ ਦੇਵਾਂ 400। ਹਾਲਾਂਕਿ ਤੁਸੀਂ ਮਰਿਆ ਵਿਆ ਚੱਕਿਆ ਹੁੰਦਾ? ਨਹੀਂ ਜੀ, ਦੁਕਾਨ 'ਤੇ ਨਹੀਂ, ਬਿਲਕੁਲ ਨਹੀਂ ਵਰਦੇ, ਮੈਨੂੰ 100% ਪਤਾ ਜੀ, ਦੁਕਾਨ 'ਤੇ ਬਿਲਕੁਲ ਨਹੀਂ ਕੰਮ ਕਰਦੇ ਜੀ, ਆ ਬਾਹਰੋਂ ਹੀ ਜਾਂਦਾ ਜੀ। ਜਾਂਦਾ ਕੋਈ ਤਾਂ ਇਹਨੂੰ ਖਾਊਗਾ? ਕੋਈ ਤਾਂ ਖਾਊਗਾ ਜੀ, ਹੁਣ ਐਵੇਂ ਜਾਂ ਤਾਂ ਤੁਸੀਂ ਖਾਣ ਲਈ ਰਹੇ ਸੀ ਨਾ, ਚਾਹੇ ਇੱਥੇ ਨਹੀਂ ਚਾਹੇ ਉੱਥੇ, ਹਾਂਜੀ ਹੋਟਲਾਂ 'ਚ ਹੀ ਜਾਣਾ ਸੀ ਨਾ। ਕੀ ਕਹਿਣਾ ਚਾਹੁੰਦੇ ਹੋ ਅੱਜ ਤੋਂ ਬਾਅਦ ਛੱਡਦੇ ਹੋ ਇਹ ਕੰਮ, ਜਾਂ ਲੋਕ ਕਿਵੇਂ ਸੁਚੇਤ ਹੋਣ? ਬਸ ਐਵੇਂ ਹੀ ਛੱਡਣਾ ਹੀ ਪਊਗਾ ਜੀ। ਆਪਣਾ ਨਾਂ, ਪਿਤਾ ਦਾ ਨਾਂ, ਦੁਕਾਨ, ਕਿੱਥੋਂ ਦੇ ਰਹਿਣ ਵਾਲੇ ਹੋ, ਕੀ ਹੋ, ਸਾਰਾ ਦੱਸੋ। ਮੈਂ ਫਾਦਰ ਸਾਹਿਬ ਤਾਂ ਹੈ ਨਹੀਂ ਜੀ। ਅੱਛਾ, ਡੈਥ ਹੋਈ? ਹਾਂਜੀ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਨੀਟੂ ਹੈ ਜੀ। ਕਿੱਥੋਂ ਦੇ ਰਹਿਣ ਵਾਲੇ? ਗੋਨਿਆਣਾ ਮੰਡੀ ਲੋਕਲ ਹੀ ਹੈ, ਸਟੇਸ਼ਨ ਦੇ ਸਾਹਮਣੇ, ਰੇਲਵੇ ਸਟੇਸ਼ਨ ਦੇ ਸਾਹਮਣੇ। ਹਾਂਜੀ, ਰੇਲਵੇ ਸਟੇਸ਼ਨ। ਕਾਹਦਾ ਕਾਹਦਾ ਮੀਟ ਵੇਚਦੇ ਹੋ? ਬੱਕਲਾ ਬੱਕਰੇ ਦਾ ਵੇਚਦੇ ਜੀ, ਜਾਂ ਮੁਰਗੇ ਹੁੰਦੇ, ਕਈ ਵਾਰ ਨਾਲ ਦੁਕਾਨ ਹੁੰਦੀ ਹੈ, ਖੋਲ ਲੈਂਦੇ ਨਹੀਂ ਤਾਂ ਨਹੀਂ ਖੋਲਦੇ। ਆ ਦੋਸਤੋ, ਇਹਦਾ ਤੁਸੀਂ ਮੋਟਰਸਾਈਕਲ ਨੰਬਰ ਜ਼ਰੂਰ ਨੋਟ ਕਰਿਓ, PB04A B21 16 ਸਪਲੈਂਡਰ ਪਲੱਸ ਮੋਟਰਸਾਈਕਲ ਹੈ। ਹੁਣ ਆ ਸਾਡੇ ਨਾਲ ਖੜਾ, ਇਹ ਕਹਿੰਦਾ ਜੀ ਵੀ ਹੱਥਿਆਂ ਵਾਲੇ ਵੀ ਲੈਂਦੇ ਹੈ, ਹੋਟਲਾਂ ਵਾਲੇ ਵੀ ਲੈਂਦੇ ਆ, ਵੱਖਰੀ ਗੱਲ ਹੈ, ਗੋਨਿਆਂ ਨੇ ਘੱਟ ਚੱਲਦਾ, ਬਠਿੰਡੇ ਪੂਰਾ ਹੀ ਚੱਲਦਾ। ਇਹਨੂੰ ਇਹ ਵੀ ਪਤਾ ਵੀ ਐਂ ਚੱਕਣਾ ਗਲਤ ਹੈ, ਇਹਨੂੰ ਇਹ ਵੀ ਪਤਾ ਵੀ ਬਿਮਾਰੀ ਵਾਲਾ, ਇਹਨੂੰ ਇਹ ਵੀ ਪਤਾ ਵੀ ਇਹ ਮਨੁੱਖੀ ਜਾਨਾਂ ਨਾਲ ਖਿਲਵਾੜ ਹੈ, ਪਰ ਸਾਡੇ ਲੋਕ ਕਿੱਡਾ ਸਵਾਦ ਲੈ ਖਾਂਦੇ ਹੈ। ਕਿਉਂ ਤੁਸੀਂ ਸਿਹਤਾਂ ਨਾਲ ਖਿਲਵਾੜ ਇਹ ਤਾਂ ਕਰ ਰਿਹਾ? ਤੁਸੀਂ ਤਾਂ ਘੱਟੋ ਘੱਟ ਪਰਖ ਰੱਖੋ, ਮਰਿਆ ਮੀਟ ਇਹ ਜ਼ਹਿਰ ਨਾਲ ਮਰਿਆ ਹੋ ਸਕਦਾ, ਇਹ ਬਿਮਾਰੀ ਨਾਲ ਮਰਿਆ ਹੋ ਸਕਦਾ। ਕਿੰਨੇ ਘਰਾਂ ਨੂੰ ਜਿਹੜਾ ਬਿਮਾਰੀਆਂ ਦਾ ਸ਼ਿਕਾਰ ਬਣਾਉਂਦੇ, ਅਸੀਂ ਕਰੋਨਾ ਦੀ ਗੱਲ ਕਰਦੇ ਹਾਂ ਦੁਬਾਰਾ ਫਿਰ। ਆਹ ਦੇਖ ਲਓ ਜੀ, ਇਹਨਾਂ ਨੇ ਗੱਟੇ 'ਚ ਪਾ ਲਿਆ ਸੀ, ਆਹ ਮੋਟਰਸਾਈਕਲ ਹੈ ਜਿਹਦੇ 'ਤੇ ਲੱਦਿਆ ਗਿਆ ਸੀ, ਇਹਦਾ 600 ਰੁਪਇਆ ਸੀ, ਇਹਨੂੰ ਵਾਪਸ ਕਰਨ ਲੱਗੇ ਹਾਂ ਅਸੀਂ, ਇਹਨੂੰ ਦੱਬਾਂਗੇ, ਮੇਰੇ 'ਤੇ ਕਰ ਲਓ ਜੀ, ਇਹਨੂੰ ਵਾਪਸ ਕਰਨ ਲੱਗੇ ਹਾਂ ਅਸੀਂ, ਇਹ ਦੱਬਾਂਗੇ ਅਸੀਂ, ਇਹ ਬਿਮਾਰੀ ਹੈ ਜਿਹੜੀ ਇਹਨੂੰ ਜੜ ਤੋਂ ਮੁਕਾਉਣਾ ਚਾਹੁੰਦੇ ਹਾਂ, ਪਰ ਮੁੱਕੂ ਤਾਂ ਜੇ ਤੁਹਾਡਾ ਸਹਿਯੋਗ ਹੈ। ਹੁਣ ਬਹੁਤ ਸਾਰੇ ਥੱਲੇ ਕਮੈਂਟ ਕਰਨਗੇ ਕਿ ਜੀ ਮਾਰ ਕੇ ਹੀ ਖਵਾਉਣਾ ਹੁੰਦਾ, ਮੌਕੇ 'ਤੇ ਮਾਰਿਆ ਕੀ ਮਾਰਿਆ ਹੁਣ, ਪਰ ਤੁਸੀਂ ਇਹਦੀ ਜ਼ਬਾਨੀ ਸੁਣਿਆ ਕਿਵੇਂ ਜੀ?
ਮੈਂ ਸਾਡੇ ਕੋਲੇ ਕਈ ਆਉਂਦੇ ਆ ਬੰਦੇ ਹਾਂ ਉਹ ਕਹਿ ਦਿੰਦੇ ਆ ਮੌਕੇ ਬਥੇਰੇ ਆਉਂਦੇ ਆ ਜੱਟ ਜੁੱਟ ਖਾ ਲੈਂਦੇ ਆ ਉਹ ਕਈ ਵਾਰ ਆਪ ਹੀ ਮਰਿਆ ਚੱਕ ਲਿਆਂਦਾ ਤੇ ਖਾ ਲੈਂਦੇ ਆ ਜੀ ਉਹ ਵੱਢ ਕੇ ਦੇ ਦਿੰਦੇ ਨਹੀਂ ਸੋਨੂੰ ਐ ਤਾਂ ਨਹੀਂ ਕਹਿੰਦੇ ਮਰਿਆ ਵੇਚ ਲਓ ਹਾਂਜੀ ਵੇਚਣ ਨੂੰ ਵੀ ਕਹਿ ਦਿੰਦੇ ਵੇਚਣ ਨੂੰ ਕਹਿ ਦਿੰਦੇ ਇੱਕ ਦੋ ਜਿਹੜੇ ਨਹੀਂ ਵੇਚਣ ਜੀ ਆਪਾਂ ਤਾਂ ਦੋਸਤੋ ਇਹ ਆਪਦੇ ਮੂੰਹੋਂ ਕਿਵੇਂ ਮੰਨੂਗਾ ਪਰ ਮਨਾਉਣਗੀਆਂ ਸਿਹਤ ਨਾਲ ਜੁੜੀਆਂ ਜਿਹੜੀਆਂ ਸੰਸਥਾਵਾਂ ਸਾਰੀ ਮੰਡੀ 'ਚ ਸਾਰੇ ਬਠਿੰਡੇ 'ਚ ਤੁਹਾਡਾ ਲੈਣਾ ਕੰਮ ਚੱਲਦਾ ਜੀ ਇਹ ਮੈਂ ਨਹੀਂ ਕਹਿੰਦਾ ਇਹ ਕਹਿੰਦਾ ਹੁਣ ਤੁਸੀਂ ਦੇਖਣਾ ਕਿ ਕਿੱਥੋਂ ਤੱਕ ਜਾਇਜ਼ ਹੈ ਹੁਣ ਮੈਂ ਉਹ ਗੱਲ ਵਿੱਚ ਰਹਿ ਗਈ ਸੀ ਵਿੱਚ ਦੀ ਇਹ ਮੁੰਡਾ ਬੋਲ ਪਿਆ ਸੀ ਮੈਂ ਫਿਰ ਕਰਦਿਆਂ ਹੁਣ ਤੁਸੀਂ ਵੀਡੀਓ ਦੇਖਣ ਵਾਲੇ ਜਿਹੜੇ ਮੀਟ ਖਾਣ ਵਾਲੇ ਹੋ ਉਹ ਸੋਚੋਗੇ ਕਿ ਯਾਰ ਮਾਰ ਕੇ ਹੀ ਬਣਾਉਣਾ ਪੈਂਦਾ ਇਹੋ ਜਿਹੇ ਵਿਦਵਾਨ ਬਹੁਤ ਹੋਣੇ ਆ ਜਿਹੜੇ ਬੋਲਣਗੇ ਪਰ ਲੈ ਕੇ ਮਾਰਿਆ ਜਿਉਂਦਾ ਬੱਕਰਾ ਜਿਹੜਾ ਹੈਲਦੀ ਬੱਕਰਾ ਜਿਹਨੂੰ ਮਟਨ ਕਹਿ ਦਿੰਦੇ ਹੋ ਤੁਸੀਂ ਮੀਟ ਬਣਨ ਤੋਂ ਬਾਅਦ ਉਹ ਵੱਖਰੀ ਗੱਲ ਹੈ ਦੋਸਤੋ ਪਰ ਜੇ ਕੋਈ ਬਿਮਾਰੀ ਨਾ ਮਰਿਆ ਜੇ ਕੋਈ ਸਪਰੇਅ ਨਾ ਮਰਿਆ ਜੇ ਕੋਈ ਰਾਤ ਦਾ ਅੱਕੜਿਆ ਪਿਆ ਉਹ ਲੈਣਾ ਬਹੁਤ ਗਲਤ ਹੈ ਇਹਦਾ ਢਿੱਡ ਹੈ ਜਿਹੜਾ ਫੁੱਲਿਆ ਹੋਇਆ ਤੁਸੀਂ ਵੀਡੀਓ 'ਚ ਵੀ ਦੇਖਿਆ ਹੋਣਾ ਆਫਰਿਆ ਹੋਇਆ ਪਰ ਕਿੱਥੋਂ ਤੱਕ ਸੁਚੇਤ ਹੈ ਗੁਨਿਆਣਾ ਮੰਡੀ ਦਾ ਸਿਹਤ ਪ੍ਰਸ਼ਾਸਨ ਇਹ ਦੇਖਣ ਵਾਲੀ ਚੀਜ਼ ਹੈ ਸੋ ਤੁਹਾਨੂੰ ਅਵੇਅਰ ਕਰਨਾ ਸਾਡਾ ਮਕਸਦ ਸੀ ਅੱਜ ਅਸੀਂ ਕੀਤਾ ਇਹਦਾ ਪੈਸਾ ਅਸੀਂ ਵਾਪਸ ਕਰਨ ਲੱਗੇ ਹਾਂ ਇਹ ਬੱਕਰਾ ਜਿਹੜਾ ਇਹਨੂੰ ਅਸੀਂ ਦੱਬਣ ਲੱਗੇ ਹਾਂ ਅਗਲਾ ਤੁਸੀਂ ਦੱਸਣਾ ਤੁਹਾਡੇ ਸ਼ਹਿਰ 'ਚ ਵੀ ਕਿਤੇ ਤੁਸੀਂ ਲੰਮੇ ਸਮੇਂ ਤੋਂ ਜਿਹੜਾ ਹੈਗਾ ਮਰੇ ਜਾਨਵਰ ਦਾ ਮਾਸ ਤਾਂ ਨਹੀਂ ਖਾ ਰਹੇ ਜਨਾਬ ਸਾਡਾ ਦੱਸਣਾ ਫਰਜ਼ ਸੀ ਸੋ ਜਲਦੀ ਕਿਸੇ ਨਵੇਂ ਮੁੱਦੇ ਤੋਂ ਲਾਈਵ ਹੋਵਾਂਗੇ ਹੁਣ ਮੈਨੂੰ ਅਤੇ ਗੁਰਪ੍ਰੀਤ ਸਿੰਘ ਬਰਾੜ ਨੂੰ ਦਿਓ ਜਾਇਜ਼ ਧੰਨਵਾਦ